बीते दिनी पर्ल जुबली एलुमिनी मीट कॉलेज ऑफ वेटनरी साइंस गुरु अंगद देव वेटनरी एंड एनिमल साइंस यूनिवर्सिटी लुधियाना विखे करवाएगी। इस मौके विशेष रूप से सैकटरी डॉक्टर एच के वर्मा, ज्वाइंट सैकटरी डॉक्टर जे एस सुंदर, मैंबरस डॉक्टर एस एस सिद्धू, डॉक्टर जी एस टूर, डॉक्टर नीलम बंसल, डॉक्टर परमजीत सिंह, डॉक्टर पी एन द्विवेदी, डॉक्टर एस के महाजन, डॉक्टर एम एस बल, डॉक्टर जे के गुप्ता, डॉक्टर राणाप्रीत गिल, डॉक्टर रामपाल मित्तल, डॉक्टर सरबजीत रंधावा, डॉक्टर केवल अरोड़ा, डॉक्टर सुरजीत सिंह विशेष तौर पर पुजे। साड़ी टीम ने इसका दौरा किया। पेश है पंजाब प्लस की टीम वालों एक रिपोर्ट। डॉक्टर नरेश कुमार अरोड़ा को डॉक्टर के एस नंदा जी ने पढ़ाया।
this award, and there was good response from the field veterinary research as well as from the faculty. And the committee was constituted, all submitted their biodatas, and the committee finalized 6 awards from the field veterinary for the field veterinary research and 6 for the faculty. So that is the Distinguished Alumnus Award. I'll announce the award, and the veterinarian or the alumnus is requested to have the award from the chief guest and the guest of honors. First is Dr. P.K. Malhotra, Deputy Director, Tarantan. डॉक्टर प्रकाश, डॉक्टर वर्मा,
ਮੈਨੂੰ ਸ਼ਾਇਦ ਦੂਜੀ ਵਾਰੀ ਮੌਕਾ ਮਿਲਿਆ ਬੋਲਣ ਦਾ, ਦੂਜੀ ਜਾਂ ਤੀਜੀ ਵਾਰੀ ਆਪਣੇ ਘਰ ਆ ਕੇ ਡਾਕਟਰ ਨੰਦਾ ਨੇ ਮੈਨੂੰ ਫੋਨ ਕੀਤਾ, ਕਹਿੰਦੇ ਤੁਸੀਂ ਸੰਡੇ ਨੂੰ ਅਸੀਂ ਫੰਕਸ਼ਨ ਰੱਖ ਰਹੇ ਹਾਂ ਤਾਂ ਤੁਸੀਂ ਕੈਨ ਯੂ ਮੇਕ ਇਟ? ਮੈਂ ਕਹਿੰਦੀ 99% ਯੈਸ, ਆਈ ਵਿਲ ਸਰਟਨਲੀ ਕਮ, ਦਿਸ ਇਜ਼ ਐਨ ਆਰਡਰ, 1% ਸਾਡੀ ਮਸੂਫੀਅਤ, ਯੂ ਕਾਂਟ ਸੇ। ਕਹਿੰਦੇ ਚਾਰ ਗੱਲਾਂ ਜ਼ਰੂਰ ਸਾਂਝੀਆਂ ਕਰਨੀਆਂ। ਮੈਂ ਜਦੋਂ ਸਾਰਿਆਂ ਨੂੰ ਦੇਖਦਾ ਤੇ ਗੱਲਾਂ ਤਾਂ ਚਾਰ ਹੈ ਜਾਂ 14 ਹੈ 24 ਹੈ ਮੈਂ ਕਹਿ ਨਹੀਂ ਸਕਦਾ, ਪਰ ਇੱਕ ਅਰਸਾ ਜੋ ਮੈਂ ਵੈਟਨਰੀ ਕਾਲਜ ਦੇ ਵਿੱਚ ਬਿਤਾਇਆ, ਮੇਰੀ ਮੈਂ ਐਜ਼ ਏ ਗੈਸਟ, ਐਜ਼ ਏ ਪਰਸਨ ਹੋਲਡਿੰਗ ਸਮ ਪੋਜੀਸ਼ਨ, ਮੈਂ ਉਸ ਪੋਜੀਸ਼ਨ 'ਚ ਕਦੀ ਵੈਟਨਰੀ ਕਾਲਜ 'ਚ ਨਹੀਂ ਆਇਆ। ਮੈਂ ਹਮੇਸ਼ਾ ਇੱਥੋਂ ਦਾ ਇੱਕ ਸਟੂਡੈਂਟ ਬਣ ਕੇ ਆਇਆ, ਇੱਥੋਂ ਦਾ ਇੱਕ ਮੈਂਬਰ ਬਣ ਕੇ ਆਇਆ। ਤੁਸੀਂ ਸਾਰੇ ਵੈਟਨਰੀ ਦੇ ਫੀਲਡ ਦੇ ਵਿੱਚ, ਐਨੀਮਲ ਸਾਇੰਸ ਦੇ ਫੀਲਡ ਦੇ ਵਿੱਚ ਜੋ ਜੋ ਕੰਮ ਕੀਤਾ ਹੈ, ਸ਼ਾਇਦ ਮੇਰਾ ਉਸ ਨਾਲ ਹੁਣ ਡਿਸਕਨੈਕਟ ਹੈ ਔਰ ਉਸ ਬਾਰੇ ਤਾਂ ਮੈਂ ਕੁਛ ਕਹਿ ਵੀ ਨਹੀਂ ਸਕਦਾ, ਸੋ ਆਈ ਡੋਂਟ ਫੀਲ ਕੁਆਲੀਫਾਈਡ ਟੂ ਸੇ ਐਨੀਥਿੰਗ ਔਨ ਦੈਟ। ਪਰ ਮੈਂ ਵਧਾਈ ਜ਼ਰੂਰ ਦਿੰਦਾ, ਖੁਸ਼ ਜ਼ਰੂਰ ਹੁੰਦਾ ਮੈਂ ਜਦੋਂ ਵੀ, ਜਿਸ ਤਰ੍ਹਾਂ ਡਾਕਟਰ ਬਖਸ਼ੀ ਨੇ ਕਿਹਾ, ਬਾਹਰਲੇ ਕਾਲਜਿਸ ਦੇ ਵਿੱਚ, ਬਾਹਰਲੇ ਥਾਵਾਂ ਦੇ ਵਿੱਚ ਜਾਂ ਵਿਦਇਨ ਕੰਟਰੀ, ਜਦੋਂ ਵੀ ਮੈਂ ਆਪਣੇ ਕਾਲਜ ਦੇ ਐਲੂਮਨਾਈਜ਼ ਨੂੰ ਵੱਖ ਵੱਖ ਥਾਵਾਂ 'ਤੇ ਉਹਨਾਂ ਦੇ ਨਾਮ ਸੁਣਦਾ, ਜਦੋਂ ਦੇਖਦਾ, ਆਈ ਟਰਾਈ ਟੂ ਰਿਮੇਨ ਇਨ ਕੰਟੈਕਟ, ਮਨ ਨੂੰ ਜ਼ਰੂਰ ਤਸੱਲੀ ਹੁੰਦੀ ਹੈ, ਖੁਸ਼ੀ ਹੁੰਦੀ ਹੈ। ਸਾਡੇ ਤੋਂ ਇੱਕ ਗਲਤੀ ਹੋ ਗਈ, ਡਾਕਟਰ ਆਰ ਐਸ ਸਹੋਤਾ ਸਰ ਦਾ ਨਾਮ ਮਿਸ ਹੋ ਗਿਆ ਸਾਡੇ ਤੋਂ। ਆਈ ਰਿਕੁਐਸਟ ਡਾਕਟਰ ਆਰ ਐਸ ਸਹੋਤਾ, ਦ ਫਾਰਮਰ ਡਾਇਰੈਕਟਰ ਆਫ ਐਕਸਟੈਂਸ਼ਨ ਐਜੂਕੇਸ਼ਨ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ। ਬਹੁਤ ਵੱਡੀਆਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਆ, ਉਹਨਾਂ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਹੈ, ਇਨਕਲੂਡਿੰਗ ਫਾਰਮੇਕੋਲੋਜੀ ਡਾਕਟਰ ਵਰਮਾ, ਉਹ ਸਾਡਾ ਐਲੂਮਨਾਈ ਹੈ। ਦੋਸਤੋ, ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਐਗਜ਼ਾਮਪਲਸ ਹੈ। ਤੁਸੀਂ ਈਚ ਵਨ ਆਫ ਯੂ, ਹਰ ਆਦਮੀ ਇੱਕ ਯੂਨੀਕ ਕਿਸਮ ਦਾ ਡਾਇਮੰਡ ਹੈ, ਇੱਕ ਯੂਨੀਕ ਕਿਸਮ ਦਾ ਪਰਲ ਹੈ, ਇੱਕ ਯੂਨੀਕ ਕਿਸਮ ਦਾ ਫੁੱਲ ਹੈ। ਹਰੇਕ ਦੀਆਂ ਆਪਣੀਆਂ ਆਪਣੀਆਂ ਕੁਆਲਿਟੀਜ਼ ਆ, ਆਪਣੀਆਂ ਆਪਣੀਆਂ ਕੰਟਰੀਬਿਊਸ਼ਨਸ ਹੈ। ਆਪਾਂ ਕਿਸੇ ਤੋਂ ਘੱਟ ਨਹੀਂ ਹੈ, ਪਰ ਜਦੋਂ ਆਪਾਂ ਇਕੱਠੇ ਹੋ ਕੇ ਆਪਣੀਆਂ ਖੁਸ਼ੀਆਂ ਨੂੰ ਸ਼ੇਅਰ ਕਰਾਂਗੇ, ਆਪਾਂ ਇਹਦੇ 'ਚ ਬਹੁਤ ਸਾਰਾ ਆਨੰਦ ਪ੍ਰਾਪਤ ਕਰਾਂਗੇ। ਜਿਹੜੇ ਅੱਜ ਆਏ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜਿਹੜੇ ਬਾਈ ਚਾਂਸ ਨਹੀਂ ਆ ਸਕੇ, ਅਸੀਂ ਇਸ ਲੁਮੀਨਾਈ ਐਸੋਸੀਏਸ਼ਨ ਦੀ ਮੀਟਿੰਗ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਪ੍ਰੋਵਾਈਡਡ ਇਹਦੀ ਪਾਰਟੀਸਪੇਸ਼ਨ ਜਿਹੜੀ ਹੈ ਉਹ ਹੋਰ ਵਧੀਆ ਹੋ ਸਕੇ। ਉਹਦੇ ਲਈ ਸਟੇਟ ਐਨੀਮਲ ਹਸਬੈਂਡਰੀ ਆਫਿਸਰ ਦੇ ਆਫਿਸਰਸ ਵੀ ਸਾਡੇ ਕੋਲ, ਡਾਕਟਰ ਤੂਰ ਹੁਣੇ ਹੁਣੇ ਪਹੁੰਚੇ ਆ ਇਹਨਾਂ ਨੂੰ ਜਿਆਇਆ ਨੂੰ, ਪਰ ਸਾਡੀ ਇਹਨਾਂ ਨੂੰ ਰਿਕੁਐਸਟ ਹੈ ਕਿ ਅੱਗੇ ਵਾਸਤੇ ਜੇ ਇਹਦੀ ਪਾਰਟੀਸਪੇਸ਼ਨ ਆਪਾਂ ਬਿਹਤਰ ਕਰ ਸਕਦੇ ਵੀ ਹੈ। ਮੈਂ ਦੱਸ ਰਿਹਾ ਸੀ ਆਪਣੀਆਂ ਕੰਟਰੀਬਿਊਸ਼ਨ, ਮੈਂ ਆਪਣੇ ਪ੍ਰੋਡਕਟ ਦੇ ਦਾ ਨਾਮ ਦੱਸ ਦਿੱਤੇ, ਉਹ ਪ੍ਰੋਡਕਟ ਜਿਹੜੇ ਅਸੀਂ ਪ੍ਰੋਡਿਊਸ ਕੀਤੇ ਅਤੇ ਹਿੰਦੁਸਤਾਨ ਨਹੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋੜੇ ਕੋੜੇ 'ਚ ਜਾ ਕੇ ਉਹ ਆਪਣੀਆਂ ਸਰਵਿਸਿਜ਼ ਦੇ ਰਿਹਾ, ਸਾਡਾ ਮਾਣ ਵਧਾ ਰਿਹਾ। ਅਸੀਂ ਰਿਸਰਚ ਕੰਟਰੀਬਿਊਸ਼ਨ ਵੀ ਬਹੁਤ ਜ਼ਬਰਦਸਤ ਕੀਤੀਆਂ,
beloved chief guest, honorable vice chancellor, Dr. A. ਮਿਲਦੇ ਹਾਂ ਆਪਣੇ ਉਹਨਾਂ ਮਿੱਤਰਾਂ ਜਾਂ ਸੱਜਣਾਂ ਨੂੰ ਜਿਨ੍ਹਾਂ ਨਾਲ ਅਸੀਂ ਇੱਥੇ ਬਹੁਤ ਸਮਾਂ ਗੁਜ਼ਾਰ ਕੇ ਗਏ ਹੁੰਦੇ ਹਾਂ ਅਤੇ ਆਪਣਾ ਜਿੱਥੇ ਸਾਡੀਆਂ ਜੜ੍ਹਾਂ ਆ ਇਹ ਸਾਡਾ ਕਾਲਜ ਆ ਅਸੀਂ ਉਹਨਾਂ ਮੁੜ ਤੋਂ ਜੁੜਨ ਦੀ ਇੱਕ ਕੋਸ਼ਿਸ਼ ਕਰਦੇ ਹਾਂ। ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੈਨੂੰ ਮੌਕਾ ਮਿਲਿਆ ਇੱਥੇ ਜੋ ਆਪ ਸਭ ਚੱਲ ਕੇ ਆਏ ਹੋ ਆਪਦਾ ਧੰਨਵਾਦ ਕਰਨ ਦਾ ਵੋਟ ਆਫ ਥੈਂਕ ਪ੍ਰਪੋਜ਼ ਕਰਨ ਦਾ। ਸੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਉਸ ਪਰਮਾਤਮਾ ਦਾ ਜਿਹਦੇ ਕਰਕੇ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋ ਪਾਏ ਹਾਂ, ਇੰਨਾ ਸੋਹਣਾ ਪ੍ਰੋਗਰਾਮ ਇਹ ਔਰਗੇਨਾਈਜ਼ ਹੋ ਪਾਇਆ। ਮੈਂ ਸਪੈਸ਼ਲ ਥੈਂਕਸ ਕਰਦਾ ਸਾਡੇ ਚੀਫ ਗੈਸਟ ਡਾਕਟਰ ਏ ਐਸ ਨੰਦਾ ਜੀ ਦਾ, ਵਰਦੀ ਵਾਈਸ ਚਾਂਸਲਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ, ਜਿਹੜੇ ਕਿ ਵੈਟਨਰੀ ਕਾਲਜ ਦੇ ਅਲਮਰਸਵੀ ਨੇ, ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਅਤੇ ਆਪਣਾ ਜੋ ਮੈਸੇਜ ਸੀ ਉਹ ਸਾਡੇ ਨਾਲ ਸਾਂਝਾ ਕੀਤਾ। ਸਾਡੇ ਗੈਸਟ ਆਫ ਆਨਰ ਡਾਕਟਰ ਕੇ ਕੇ ਬਖਸ਼ੀ, ਜਿਹੜੇ ਕਿ ਸਾਡੇ ਕਾਲਜ ਆਫ ਵੈਟਨਰੀ ਸਾਇੰਸਿਸ ਦੀ ਅਲੂਮਨੀ ਐਸੋਸੀਏਸ਼ਨ ਦੀ ਮੀਟ ਹੈ। ਸਾਡੇ ਦੂਰੋਂ ਨੇੜਿਓਂ ਸਾਰੇ ਪੰਜਾਬ ਤੋਂ ਵੈਟਨਰੀ ਅਫੀਸਰਸ, ਸਾਡੀ ਫੈਕਲਟੀ, ਸਾਡੇ ਕੁਛ ਕੈਨੇਡਾ, ਕੁਛ USA ਤੋਂ ਜਿਹੜੇ ਪੁਰਾਣੇ ਇੱਥੋਂ ਪੜ੍ਹ ਕੇ ਗਏ ਨੇ ਉਹ ਆਏ ਹੋਏ ਆ। ਸਾਡੀਆਂ ਲਗਭਗ 4 ਜਨਰੇਸ਼ਨਾਂ ਜਿਹੜੀਆਂ ਟੀਚਰਾਂ ਦੀਆਂ ਉਹ ਅੱਜ ਇੱਥੇ ਇੱਕ ਦੂਜੇ ਨੂੰ ਮਿਲੀਆਂ। ਨਵਿਆਂ ਪੁਰਾਣਿਆਂ ਨੇ ਆਪਣੇ ਆਪਣੇ ਐਕਸਪੀਰੀਅੰਸ ਸੀ ਜਿਹੜੇ ਉਹ ਇੱਕ ਦੂਜੇ ਨਾਲ ਸਾਂਝੇ ਕੀਤੇ। ਜਿਹੜੀਆਂ ਪੁਰਾਣੀਆਂ ਰੀਤੀ ਰਿਵਾਜ਼ਾਂ ਸਾਡੀਆਂ ਚੱਲਦੀਆਂ ਆ ਰਹੀਆਂ ਉਹ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ। ਨਵਿਆਂ ਨੂੰ ਪਤਾ ਲੱਗਿਆ ਕਿ ਅਸੀਂ ਕਿਵੇਂ ਪਹਿਲਾਂ ਤੋਂ ਇੱਥੇ ਚੱਲ ਰਹੇ ਸੀ, ਕਿਵੇਂ ਕਿਵੇਂ ਅਸੀਂ ਇਸ ਪ੍ਰੋਫੈਸ਼ਨ ਨੂੰ ਅੱਗੇ ਵਧਾਇਆ। ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਸਾਡੇ ਪੁਰਾਣੇ ਇੱਥੋਂ ਪੜ੍ਹ ਕੇ ਗਏ ਆ ਉਹ ਅੱਜ ਕਿੱਡੀਆਂ ਕਿੱਡੀਆਂ ਵੱਡੀਆਂ ਪੋਜੀਸ਼ਨਾਂ 'ਤੇ ਪਹੁੰਚ ਚੁੱਕੇ ਆ, ਕੋਈ ਗੌਰਮੈਂਟ ਆਫ ਇੰਡੀਆ 'ਚ, ਕੈਨੇਡਾ 'ਚ। ਜਿਵੇਂ ਕੈਨੇਡਾ ਦੇ ਜਿਹੜੇ ਚੀਫ ਵੈਟਨਰੀ ਅਫਸਰ ਨੇ ਦੋ ਉਹ ਸਾਡੇ ਲਿਮਨ ਆਈ ਨੇ, ਇੱਦਾਂ ਹੀ ਬਾਹਰ ਦੇ ਇੱਕ ਡੀਨ ਸਾਹਿਬ ਕੈਲਗਰੀ ਕਾਲਜ ਦੇ ਉਹ ਵੀ ਇੱਥੋਂ ਦੇ ਅਲੂਮਨਸ ਨੇ। ਇਹ ਤੋਂ ਬਿਨਾਂ ਸਿਵਲ ਸਰਵਿਸਿਸ ਦੇ ਵਿੱਚ IPS, PCS, IAS ਅਤੇ ਸਾਡੀ ਰਿਮਾਊਂਟ ਐਂਡ ਵੈਟਨਰੀ ਕੋਰਪਸ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਪੋਜੀਸ਼ਨਾਂ 'ਤੇ ਸਾਰੇ ਲੱਗੇ ਹੋਏ ਨੇ। ਇਹਦੇ ਨਾਲ ਜਿਹੜੇ ਸਾਡੇ ਨਵੇਂ ਬੱਚੇ ਨੇ ਜਿਨ੍ਹਾਂ ਨੇ ਹੁਣ ਜੁਆਇਨ ਕੀਤਾ ਉਹਨਾਂ ਨੂੰ ਬੜਾ ਉਤਸ਼ਾਹ ਮਿਲਦਾ ਕਿ ਅਸੀਂ ਵੀ ਗਾਂਹ ਨੂੰ ਇਹਨਾਂ ਲਾਈਨਾਂ 'ਤੇ ਚੱਲ ਕੇ ਅਸੀਂ ਵੀ ਕਾਫੀ ਉੱਪਰ ਰਾਈਜ਼ ਕਰ ਸਕਦੇ ਹਾਂ। ਇੱਕ ਚਾਨਣ ਮਨਾਰਾ ਕਹਿ ਲਓ
ਇੱਕ ਜਿਹੜੇ ਮਾਰਗਦਰਸ਼ਕ ਸੀ ਉਹਨਾਂ ਲੋਕਾਂ ਨੇ ਇਹਨਾਂ ਨਾਲ ਆਪਣੇ ਐਕਸਪੀਰੀਅੰਸ ਸਾਂਝੇ ਕੀਤੇ ਅਤੇ ਮੈਂ ਆਸ ਕਰਦਾ ਕਿ ਇਹ ਜਿਹੜੇ ਸਾਡੇ ਸਟੇਟ ਐਨੀਮਲ ਹਸਬੈਂਡਰੀ ਤੋਂ ਵੈਟਨਰੀ ਅਫਸਰਸ ਆਏ ਸੀ, ਜਿਹੜੇ ਸਾਡੇ ਇੱਥੇ ਫੈਕਲਟੀ 'ਚ ਲੱਗੇ ਹੋਏ ਆ, ਜਿਹੜੇ ਹੋਰਾਂ ਖੇਤਰਾਂ 'ਚ ਕੰਮ ਕਰਦੇ ਆ, ਸਾਰੇ ਜਦੋਂ ਰਲ ਮਿਲ ਕੇ ਗੱਲਾਂ ਬਾਤਾਂ ਕੀਤੀਆਂ ਅਤੇ ਇਹ ਐਕਸਪੀਰੀਅੰਸ ਉਹਨਾਂ ਦੇ ਲਾਈਫ ਲੌਂਗ ਬਹੁਤ। ਕਾਲਜ ਆਫ ਵੈਟਨਿਕ ਸਾਇੰਸ ਜਿਹੜਾ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਅਧੀਨ ਕੰਮ ਕਰਦਾ, ਇਸ ਕਾਲਜ ਦੀ ਕਾਲਜ ਵੈਟਨਿਕ ਸਾਇੰਸ ਦੀ ਅਸੀਂ ਅਲੂਮਨੀ ਮੀਟ ਦੀ 30ਵੀਂ ਵਰ੍ਹੇਗੰਢ ਅੱਜ ਮਨਾਈ 29 ਅਕਤੂਬਰ ਨੂੰ ਐਤਵਾਰ। ਇਹ ਜਿਹੜੀ ਸਾਡੀ ਅਲੂਮਨੀ ਐਸੋਸੀਏਸ਼ਨ ਸੀ 1987 'ਚ ਜੂਨ 'ਚ ਸ਼ੁਰੂ ਹੋਈ ਸੀ ਅਤੇ 2013 'ਚ ਅਸੀਂ ਇਹਦੀ ਸਿਲਵਰ ਜੁਬਲੀ ਜਿਹਨੂੰ 5ਵੀਂ ਵਰ੍ਹੇਗੰਢ ਮਨਾਈ ਸੀ ਅਤੇ ਉਸ ਤੋਂ ਬਾਅਦ ਅਸੀਂ ਅੱਜ 30ਵੀਂ ਵਰ੍ਹੇਗੰਢ ਮਨਾ ਰਹੇ ਹਾਂ ਜਿਹਨੂੰ ਅਸੀਂ ਪਰਲ ਜੁਬਲੀ ਸੈਲੀਬ੍ਰੇਸ਼ਨ ਕਿਹਾ ਗਿਆ। ਇਹਦੇ ਵਿੱਚ ਜਿਹੜੇ ਵੱਖ ਵੱਖ ਜਿਹੜੇ ਅਲੂਮਨੀ ਉਹ ਹੁੰਦੇ ਨੇ ਜਿਹੜੇ ਵੈਟਨਰੀ ਕਾਲਜ ਜਾਂ ਕਿਸੇ ਵੀ ਪ੍ਰੋਫੈਸ਼ਨਲ ਕਾਲਜ 'ਚ ਜਦੋਂ ਦਾਖਲ ਹੁੰਦੇ ਆ ਉਹਦੇ ਅਲੂਮਨੀ ਜਾਂ ਅਲੂਮਨਸ ਬਣ ਜਾਂਦੇ ਨੇ, ਉਦੋਂ ਅਸੀਂ ਉਹਨਾਂ ਤੋਂ ਫੀਸ ਲੈ ਕੇ ਅਤੇ ਉਹਨੂੰ ਮੈਂਬਰ ਬਣਾ ਲੈਂਦੇ ਹਾਂ ਅਤੇ ਇਹ ਸਾਡੀ ਅਲੂਮਨੀ ਐਸੋਸੀਏਸ਼ਨ ਚੱਲਦੀ ਹੈ। ਇਹਦੀਆਂ ਮੁੱਖ ਜਿਹੜੇ ਕੰਮ ਹੈ ਅਸੀਂ ਕਰਦੇ ਹਾਂ, ਇਹੋ ਜਿਹੀਆਂ ਜਿਹੜੀਆਂ ਮੀਟ ਜਿਹੜੀਆਂ ਅਸੀਂ ਆਯੋਜਨ ਕਰਦੇ ਹਾਂ, ਦੂਜੇ ਅਸੀਂ ਜਿਹੜੇ ਬਹੁਤ ਵਧੀਆ ਅਲੂਮਨੀ ਜਿਹੜੇ ਹੈਗੇ ਆ, ਚਾਹੇ ਉਹ ਰਿਟਾਇਰਡ ਹੈਗੇ ਚਾਹੇ ਉਹ ਐਕਟਿਵ ਸਰਵਿਸ ਹੈਗੇ, ਉਹਨਾਂ ਨੂੰ ਅਸੀਂ ਇਨਾਮ ਦਿੰਦੇ ਹਾਂ, ਉਹਨਾਂ ਨੂੰ ਥਾਪੜਾ ਦਿੰਦੇ ਹਾਂ ਤਾਂ ਕਿ ਜਿਹੜਾ ਹੈ ਉਹਨਾਂ ਨੂੰ ਦੇਖ ਕੇ ਜਿਹੜੀ ਆਉਣ ਵਾਲੇ ਸਾਡੇ ਜਿਹੜੇ ਨਵੇਂ ਵੈਟਨੇਰੀਅਨ ਨੇ ਬੱਡਿੰਗ ਵੈਟਨੇਰੀਅਨ ਹੈਗੇ ਉਹ ਸਿੱਖ ਕੇ ਉਹਨਾਂ ਤੋਂ ਸੰਦੇਸ਼ ਲੈ ਕੇ ਸੁਨੇਹਾ ਲੈ ਕੇ ਅੱਗੇ ਵਧਣ ਤਾਂ ਕਿ ਉਹ ਵੀ ਤਰੱਕੀਆਂ ਕਰਨ। ਵੈਟਨਰੀ ਫਾਊਂਡੇਸ਼ਨ ਇੱਕ ਇੱਦਾਂ ਦੀ ਫਾਊਂਡੇਸ਼ਨ ਹੈ ਜਿਹੜੀ ਸਮਾਲ ਐਨੀਮਲਸ ਹੈ ਜਿੱਦਾਂ ਡੋਗਸ ਹੈ ਕੈਟਸ ਹੈ ਉਹਨਾਂ ਦੀ ਜਿਹੜੀ ਲੇਟੈਸਟ ਕੋਈ ਉਹਨਾਂ ਦੇ ਟੈਕਨੀਕਸ ਹੈ, ਉਹਨਾਂ ਦੀ ਕੋਈ ਮੈਡੀਸਨਸ ਹੈ, ਉਹਨਾਂ ਦੀ ਕੋਈ ਡਿਜ਼ੀਜ਼ ਬਾਰੇ ਜਿਹੜੇ ਕੋਈ ਅਪਗ੍ਰੇਡੇਸ਼ਨ ਵਾਸਤੇ ਅਸੀਂ ਕੰਮ ਕਰਦੇ ਹਾਂ। ਸਾਡੇ ਨਾਲ ਜਿਹੜੇ ਕੈਲੀਫੋਰਨੀਆ ਤੋਂ ਡਾਕਟਰਸ ਆਉਂਦੇ ਆ ਉਹ ਆ ਕੇ ਅਸੀਂ ਕੰਟੀਨਿਊਇੰਗ ਐਜੂਕੇਸ਼ਨ ਪ੍ਰੋਗਰਾਮ ਕਰਦੇ ਹਾਂ ਡਾਕਟਰਸ ਵਾਸਤੇ ਜਿਹੜੇ ਆਪਣਾ ਇੰਡੀਵਿਜੁਅਲ ਹੋਸਪਿਟਲ ਚਲਾ ਰਹੇ ਆਪਣੇ ਕਲੀਨਿਕ ਚਲਾ ਰਹੇ ਅਤੇ ਅਗਰ ਨਵੀਂ ਟੈਕਨੋਲੋਜੀ ਲੈ ਕੇ ਆ ਰਹੇ ਨੇ ਬਾਹਰ ਉਹ ਸਭ ਡਾਕਟਰਾਂ ਨੂੰ ਅੱਗੇ ਅਸੀਂ ਉਹ ਐਡਵਾਂਸਮੈਂਟ ਦੀ ਸਾਰੀ ਜਾਣਕਾਰੀ ਦੇ ਰਹੇ ਹਾਂ। ਮੇਨ ਹੁੰਦਾ ਸਾਡਾ ਕਿ ਅਸੀਂ ਅਪਗ੍ਰੇਡ ਕਰੀਏ ਪ੍ਰੋਫੈਸ਼ਨ ਨੂੰ, ਸਾਰੇ ਸਿੱਖਣ, ਨਵੀਆਂ ਟੈਕਨੋਲੋਜੀਆਂ ਸਿੱਖਣ, ਯੂਨੀਵਰਸਿਟੀ ਅਤੇ ਜਿਹੜਾ ਆਪਣਾ ਵੈਟਨੇਰੀਅਨ ਹੈਗਾ ਪਸ਼ੂ ਚਿਕਿਤਸਕ ਹੈਗਾ ਅਤੇ ਜਿਹੜੇ ਡਾਕਟਰ ਹੈਗੇ ਆ ਜਿਹਨਾਂ ਜਾਨਵਰਾਂ ਓਵਰਆਲ ਉਹਨਾਂ ਦੀ ਕੇਅਰ ਲਈ ਆਪਾਂ ਕਰ ਰਹੇ ਹਾਂ, ਉਹਨਾਂ ਵਾਸਤੇ ਤਾਂ ਅਸੀਂ ਇਹ ਹੈਗਾ ਕਿ ਜਿਹੜੇ ਸਾਡੇ ਮੇਨ ਡੇਅਰੀ ਫਾਰਮਿੰਗ ਜਿੱਦਾਂ ਹੈਗੀ ਆ ਜਿਹੜੀ ਮੇਨ ਆਪਟੀਮਮ ਯੀਲਡ ਕੀ ਕਰਨੀ ਆ, ਕਈ ਜਿਹੜੀ ਪਸ਼ੂਆਂ ਦੀ ਬਿਮਾਰੀਆਂ ਜਿੱਦਾਂ ਮੈਸਟਾਈਟਿਸ ਹੁੰਦੀ ਆ, ਨਵੀਆਂ ਪ੍ਰੋਬਲਮ ਜਿਹਨਾਂ ਅੱਗੇ ਜਿਹੜੀ ਨਵੀਂ ਨਵੀਂ ਰਿਸਰਚ ਚੱਲ ਰਹੀ ਉਹਦੇ ਵਿੱਚ ਨਵੇਂ ਇਲਾਜ ਚੱਲ ਰਹੇ ਆ ਉਹਦੇ ਬਾਰੇ ਕਾਫੀ ਕੁਛ ਇਨਫੋਰਮੇਸ਼ਨ ਦਿੱਤੀ ਜਾਏਗੀ। ਸਾਡਾ ਪ੍ਰੋਗਰਾਮ ਹੈਗਾ ਵਿਟੋਪੀਆ ਗੁੜਗਾਉਂ ਦੇ ਵਿੱਚ ਹੋਣਾ ਫਰਵਰੀ ਦੇ ਮਹੀਨੇ ਵਿੱਚ 9 ਤੋਂ 11 ਫਰਵਰੀ 'ਚ, ਉਹਦੇ ਵਿੱਚ ਸਾਰਾ ਕੁਛ ਜਾਣਕਾਰੀ ਦਿੱਤੀ ਜਾਏਗੀ ਉਹਦੇ ਬਾਰੇ ਲੇਟਸਟ ਰਿਸਰਚ। ਪਰ ਖਾਣ ਵਾਲਾ ਆਪਣੇ ਯਾਰ ਦੇ ਅੱਗੇ ਗਾ ਜਾਂਦਾ, ਸੋ ਡਾਕਟਰ ਸਾਹਿਬ ਨੂੰ ਇਹ ਲੱਗਦਾ ਕਿ ਲੱਗਦਾ ਨਹੀਂ ਹੈ ਵੀ ਕਿ ਜਿਹੜੇ ਸਰੂਪ ਤੇ ਬੈਠੇ ਨੇ, ਮੈਂ ਪਹਿਲਾਂ ਬੇਸ਼ਕ ਬਾਜ਼ਾਰ 'ਚ ਕਹਿ ਰਿਹਾ ਸੀ ਵੀ ਹੱਥ ਖੜੇ ਕਰੋ ਜਿਹੜੇ ਜਿਹੜੇ ਸਰੂਪ ਤੇ ਆ, ਤੇ ਮੈਨੂੰ ਲੱਗਿਆ ਵੀ ਹੁਣ ਸਾਡੇ ਗਾਉਣ ਵਾਲਿਆਂ ਦਾ ਗਿਣਤੀ ਵੱਧ ਗਈ ਤੇ ਤੁਹਾਨੂੰ ਬੇਨਤੀ ਆ ਵੀ ਜਾਣਾ ਨਹੀਂ, ਮੈਂ ਸਮਝ ਸਮਝ ਤੁਹਾਡੀ ਗਾਉਣ ਲੱਗਾ ਪਰ ਸਮਝ ਵਰਗਾ ਕੰਮ ਨਹੀਂ। ਇਹ ਮੰਗ ਹੈ ਮੁੰਡੇ ਕੁੜੀਆਂ ਦੀ, ਇਨਸਾਫ ਹੋਣਾ ਚਾਹੀਦਾ, ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ ਹੋਣਾ ਚਾਹੀਦਾ। ਉਦੋਂ ਜ਼ਮਾਨਾ ਸੀ ਜਦੋਂ ਇੰਜੀਨੀਅਰਿੰਗ ਕਾਲਜ ਦੇ ਵੈਟਰੀ ਕਾਲਜ ਦੇ ਵਿੱਚ ਤਰੱਕੀਆਂ ਨਹੀਂ ਸੀ ਹੁੰਦੀਆਂ,
ਕਿ ਹੋਮ ਸਾਇੰਸ ਨੂੰ ਦੋ ਵਿੱਚ ਵੰਡ ਕੇ ਇੱਕ ਸਕੀਮ ਬਣਾਓ, ਹੋਮ ਸਾਇੰਸ ਨੂੰ ਦੋ ਵਿੱਚ ਵੰਡ ਕੇ ਇੱਕ ਸਕੀਮ ਬਣਾਓ, ਅੱਧਾ ਤੁਸੀਂ ਇੰਜੀਨੀਅਰਿੰਗ ਨਾਲ ਅੱਧਾ ਮੈਡੀਸਨ। Thank you.